2024 ਜਿਹੜਾ ਸਾਲ ਹੈ ਜੀ, ਇਹਦੇ ਵਿੱਚ ਕਾਫੀ ਵੱਡੇ ਵੱਡੇ ਪ੍ਰੋਜੈਕਟ ਲਾਈਨਡ ਅਪ ਨੇ। ਆਪਣਾ ਪੰਜਾਬ ਦਾ ਯੂਥ ਕਿਉਂ ਬਾਹਰ ਜਾ ਰਿਹਾ? ਕਿਉਂਕਿ ਲੈਕ ਆਫ ਓਪਰਚੁਨਿਟੀਜ਼ ਨਹੀਂ, ਪੰਜਾਬ ਜੋਬਸ ਨਹੀਂ ਹੈ। ਸੋ ਅਸੀਂ ਕਿਵੇਂ ਜੋਬਸ ਕ੍ਰੀਏਟ ਕਰ ਸਕਦੇ ਪੰਜਾਬ 'ਚ, ਉਹਦੇ ਵਾਸਤੇ ਗਲੋਬਲ ਕਨੈਕਟਿਵਿਟੀ ਦੀ ਜ਼ਰੂਰਤ ਹੈ। ਅੱਛਾ, ਆਉਣ ਵਾਲੇ 5 ਜਾਂ 10 ਸਾਲ ਕਹਿ ਲਈਏ, 5-10 ਸਾਲਾਂ ਬਾਅਦ ਤੁਸੀਂ ਪੰਜਾਬ ਨੂੰ ਕਿੱਥੇ ਜੇ ਸਟੈਂਡ ਕਰਦਾ ਵੇਖਦੇ ਹੋ? ਇੰਟਰਨੈਸ਼ਨਲ ਕੰਪਨੀਜ਼ ਆਉਣ ਪੰਜਾਬ ਦੇ ਵਿੱਚ ਆ ਕੇ ਇਨਵੈਸਟ ਕਰਨ, ਜੋਬਸ ਕ੍ਰੀਏਟ ਕਰਨ, ਇੰਡਸਟਰੀ ਆਵੇ, ਨਾਲੇ NRI ਦੀ ਵੈਬਸਾਈਟ ਬਣਾਈ ਆ, ਨਾਲੇ ਸਟੇਟਮੈਂਟ ਦਿੱਤੀ ਕਿ NRIs ਨੂੰ ਕਿਹੜੀਆਂ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ। NRIs ਨੂੰ ਕਹੀਏ, ਨੈਕਸਟ ਜਨਰੇਸ਼ਨ ਕਹੀਏ ਕਿ ਪੰਜਾਬ ਤੁਹਾਡੀ ਇਨਵੈਸਟਮੈਂਟ ਵੀ ਮੰਗਦਾ, ਪੰਜਾਬ ਤੁਹਾਡਾ ਸਕਿੱਲ ਨੌਲੇਜ ਸ਼ੇਅਰਿੰਗ ਵੀ ਮੰਗਦਾ ਕਿ ਤੁਸੀਂ ਆਓ। CM ਸਾਹਿਬ, ਮੈਂ ਮਨਮੋਹਨ ਗਗਨਮਾਨ ਜੀ, ਤੁਸੀਂ ਆਓ, UK ਆਓ। UK ਇੱਕ ਸਟ੍ਰੈਟੇਜਿਕ ਕੰਟਰੀ ਹੈ। ਬਾਬੂਸ਼ਾਹੀ ਟਾਈਮਸ ਸਭ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਗਲੋਬਲ ਕਨੈਕਟੀਵਿਟੀ ਤੇ, ਤੇ ਪੰਜਾਬ ਦੇ ਜਿਹੜੇ ਹੋਰਾਂ ਮੁਲਕਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਸੰਬੰਧ ਬਣ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਪੰਜਾਬ ਟ੍ਰੇਡ ਕਰਨ ਦਾ ਸੋਚ ਰਿਹਾ, ਜਿਹਦੇ ਨਾਲ ਜੋਬ ਕ੍ਰੀਏਸ਼ਨ ਹੋਣੀ ਹੈ ਤੇ ਰੁਜ਼ਗਾਰ ਜਿਹੜਾ ਵੱਡੇ ਪੱਧਰ ਤੇ ਮਿਲਣਾ ਹੈਗਾ, ਤੇ ਹੋਰ ਵੀ ਜਿਹੜੇ ਆ ਫਾਇਦੇ ਹੋਣਗੇ ਸੂਬੇ ਨੂੰ। ਇਸ ਸੰਬੰਧ 'ਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਨਜੀਤ ਸਿੰਘ ਨਿੱਜਰ ਨੇ, ਜਿਹੜੇ ਉਹ UK ਤੋਂ ਸਾਡੇ ਨਾਲ ਜੁੜੇ ਹੋਏ ਨੇ। ਮਨਜੀਤ ਸਿੰਘ ਨਿੱਜਰ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਜਿਹੜਾ ਪ੍ਰੋਗਰਾਮ ਹੈ ਉਹਦੇ ਨਾਲ ਜੁੜੇ ਹੋਏ ਨੇ, ਬੜਾ ਐਕਟਿਵਲੀ ਕੰਮ ਵੀ ਕਰ ਰਹੇ ਨੇ, ਤੇ ਇਹਨਾਂ ਤੋਂ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਜਿਹੜੇ ਹੁਣ ਅਗਲੇ ਨਿਸ਼ਾਨੇ ਕੀ ਨੇ ਟ੍ਰੇਡ ਦੇ ਖੇਤਰ ਦੇ ਵਿੱਚ। ਨਿੱਜਰ ਸਾਹਿਬ, ਸਵਾਗਤ ਹੈ ਬਹੁਤ ਬਹੁਤ ਬਾਬੂਸ਼ਾਹੀ ਤੇ ਜੀ। ਸਤਿ ਸ਼੍ਰੀ ਅਕਾਲ ਹਰਸ਼ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਮੈਨੂੰ ਗਲੋਬਲ ਪੰਜਾਬੀ ਆਡੀਅੰਸ ਦੇ ਰੂਬਰੂ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ। 4 ਸਾਲ ਸਾਰਿਆਂ ਵਾਸਤੇ ਇੱਕ ਖੁਸ਼ੀਆਂ ਭਰਿਆ, ਹੈਲਥੀ, ਹੈਪੀ ਐਂਡ ਪ੍ਰੋਸਪਰਸ ਈਅਰ ਹੋਵੇ, ਖਾਸ ਕਰ ਸਾਡੇ ਪੰਜਾਬ ਵਾਸਤੇ। ਸੋ ਜਿਵੇਂ ਕਿ ਆਪਾਂ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਹਾਂ, ਤੇ ਮੈਨੂੰ ਤਕਰੀਬਨ 4 ਸਾਲ ਹੋ ਗਿਆ ਪੰਜਾਬ ਦੇ ਵਿੱਚ NRI ਡਿਪਾਰਟਮੈਂਟ ਦੇ ਨਾਲ ਕੰਮ ਕਰਦੇ ਹਾਂ, ਇਨਵੈਸਟ ਪੰਜਾਬ ਦੇ ਨਾਲ ਕੰਮ ਕਰਦੇ ਹਾਂ, ਐਗਰੀਕਲਚਰ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ। ਸੋ ਇਹ ਹੈ ਕਿ ਪੰਜਾਬ ਦੀ ਜਿਹੜੀ ਗਲੋਬਲ ਕਨੈਕਟਿਵਿਟੀ ਆ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਆ, ਕਿਉਂਕਿ ਆਪਾਂ ਨੂੰ ਪਤਾ ਕਿ ਆਪਣਾ ਪੰਜਾਬ ਦਾ ਯੂਥ ਕਿਉਂ ਬਾਹਰ ਜਾ ਰਿਹਾ, ਕਿਉਂਕਿ ਲੈਕ ਆਫ ਓਪਰਚੁਨਿਟੀਜ਼ ਨਹੀਂ, ਪੰਜਾਬ ਜੋਬਸ ਨਹੀਂ ਹੈਗੀਆਂ। ਸੋ ਅਸੀਂ ਕਿਵੇਂ ਜੋਬਸ ਕ੍ਰੀਏਟ ਕਰ ਸਕਦੇ ਪੰਜਾਬ 'ਚ, ਉਹਦੇ ਵਾਸਤੇ ਗਲੋਬਲ ਕਨੈਕਟਿਵਿਟੀ ਦੀ ਜ਼ਰੂਰਤ ਹੈ। ਉਹਦੇ ਲਈ ਸਾਨੂੰ ਚਾਹੀਦੀ ਹੈ ਕਿ ਸਾਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਆਉਣ ਪੰਜਾਬ ਦੇ ਵਿੱਚ ਆ ਕੇ ਇਨਵੈਸਟ ਕਰਨ, ਜੋਬਸ ਕ੍ਰੀਏਟ ਕਰਨ, ਇੰਡਸਟਰੀ ਆਵੇ, ਨਾਲ ਦੀ ਨਾਲ ਸਾਡੇ ਜਿਹੜੇ ਪੰਜਾਬੀ ਹਾਈਲੀ ਸਕਸੈਸਫੁਲ ਆ, ਜਿਹੜੇ ਸਾਡੇ ਹਰ ਇੱਕ ਕੰਟਰੀ 'ਚ ਤਕਰੀਬਨ ਹਰ ਇੱਕ ਸੈਕਟਰ 'ਚ, ਤੁਸੀਂ ਐਗਰੀਕਲਚਰ ਲੈ ਲਓ, ਤੁਸੀਂ ਲੋਜਿਸਟਿਕਸ ਲੈ ਲਓ, ਤੁਸੀਂ IT ਲੈ ਲਓ, ਤੁਸੀਂ ਐਜੂਕੇਸ਼ਨ ਸੈਕਟਰ ਲੈ ਲਓ, ਹਰ ਇੱਕ ਸੈਕਟਰ 'ਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹੋਈਆਂ। ਸੈਕਿੰਡਲੀ ਇਹ ਕਿ ਸਾਡੀ ਹੁਣ ਸੈਕਿੰਡ ਥਰਡ ਜਨਰੇਸ਼ਨ, UK 'ਚ ਵੀ ਕਹਿ ਸਕਦੇ ਹਾਂ, ਐਟਲੀਸਟ ਸੈਕਿੰਡ ਜਨਰੇਸ਼ਨ ਤਾਂ ਹੁਣ ਇਸ ਵੇਲੇ ਹਾਈਲੀ ਸਕਸੈਸਫੁਲ ਆ ਤੇ ਚੰਗੇ ਚੰਗੇ ਪੋਸਟਾਂ ਨੇ, ਤੇ ਉਹਨਾਂ ਦਾ ਜਿਹੜਾ ਪੰਜਾਬ ਦੇ ਨਾਲ ਥੋੜ੍ਹਾ ਜਿਹਾ ਮੈਂ ਕਹਿੰਦਾ ਕਿ ਜਿਹੜੇ ਕੁਛ ਗਏ ਉਹ ਤਾਂ ਚਲੋ ਕੈਨੇਡਾ ਅਮੈਰੀਕਾ ਗਏ ਨੇ, ਹੁਣੇ ਹੀ ਗਏ ਹੋਣਗੇ ਲੇਟਲੀ, ਪਰ ਜਿਹੜੇ ਕੁਛ ਸੈਕਿੰਡ ਜਨਰੇਸ਼ਨ ਆ ਉਹਨਾਂ ਦਾ ਪੰਜਾਬ ਦੇ ਨਾਲ ਇੰਨਾ ਲਿੰਕ ਤਾਲਮੇਲ ਹੈ ਨਹੀਂ, ਕੁਛ ਕੋਵਿਡ ਕਰਕੇ ਵੀ ਥੋੜ੍ਹਾ ਘੱਟ ਆ ਪਾ ਰਹੇ ਨੇ। ਸੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਰੀਕਨੈਕਟ ਪੰਜਾਬ, ਪੰਜਾਬ ਦਾ ਜਿਹੜਾ ਯੂਥ ਹੈ ਜਿਹੜਾ ਬਾਹਰ ਬੈਠਾ ਸਾਡਾ, ਖਾਸ ਕਰਕੇ ਸੈਕਿੰਡ ਜਨਰੇਸ਼ਨ, ਉਹਨਾਂ ਨੂੰ ਪੰਜਾਬ ਨਾਲ ਕਿਵੇਂ, ਉਹਨਾਂ ਨੂੰ ਕੌਨਫੀਡੈਂਸ ਕਿਵੇਂ ਦੇਣਾ। ਸੋ ਟੂਰਿਜ਼ਮ ਐਂਡ ਇਨਵੈਸਟਮੈਂਟ ਐਂਡ NRI ਕਨੈਕਟਿਵਿਟੀ ਕਲੋਜ਼ਲੀ ਲਿੰਕਡ ਨੇ। ਸਰਕਾਰ ਬਹੁਤ ਤਤਪਰ ਹੈ, ਸਾਡੇ CM ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਸੀ, ਉਹ ਬਹੁਤ ਪੋਜ਼ਿਟਿਵ ਨੇ। ਕੱਲ੍ਹ ਹੀ ਇੱਕ ਉਹਨਾਂ ਨੇ ਸਟੇਟਮੈਂਟ, ਨਾਲੇ NRI ਦੀ ਵੈਬਸਾਈਟ ਬਣਾਈ ਆ,
ਨਾਲ ਇੱਕ ਸਟੇਟਮੈਂਟ ਬਿਲਕੁਲ ਦਿੱਤੀ ਕਿ NRS ਨੂੰ ਕਿਹੜੀਆਂ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ, ਜਿਵੇਂ ਕਿ ਟੂਰਿਜ਼ਮ ਦੇ ਵਿੱਚ, ਜਿਵੇਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਪੂਰਾ ਹੰਗਾਰਾ ਜਦ ਵੀ ਤੁਸੀਂ ਆਓ, ਤੇ ਉਹ ਇੱਕ ਕੰਫੀਡੈਂਸ ਦੇਣਾ ਸਾਡੀ ਨੈਕਸਟ ਜਨਰੇਸ਼ਨ ਵਾਸਤੇ। ਤੋ ਮੇਰਾ ਹਰਸ਼ ਜੀ ਮੇਨ ਜਿਹੜਾ ਮਕਸਦ ਹੈ ਕਿ ਹੁਣ ਅਸੀਂ B2B ਕੋਲੈਬੋਰੇਸ਼ਨ, ਐਜੂਕੇਸ਼ਨ ਦੇ ਤਾਂ ਹੁੰਦੇ ਆ, ਇਹ ਸਾਡੀਆਂ ਜਿੰਨੀਆਂ ਯੂਨੀਵਰਸਿਟੀ ਨੇ ਖੁਦ ਕਰਾਏ ਨੇ ਬਹੁਤ ਜ਼ਿਆਦਾ ਯੂਨੀਵਰਸਿਟੀ ਦੇ ਕੋਲੈਬੋਰੇਸ਼ਨ, ਉਹ ਚਲੋ ਡਿਗਰੀਜ਼ ਜੁਆਇੰਟ ਡਿਗਰੀਜ਼ ਵਗੈਰਾ ਉਹ ਚੱਲ ਰਿਹਾ, ਪਰ ਸਾਨੂੰ ਲੋੜ ਹੈਗੀ B2B ਕਿ ਸਾਡੇ ਜਿਹੜੇ ਬਿਜ਼ਨਸਿਸ ਬਾਹਰ ਆ ਜਾਂ ਸਾਡੀ ਨੈਕਸਟ ਜਨਰੇਸ਼ਨ ਦੇ ਬਿਜ਼ਨਸ ਨੇ, ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਇਨਸਪਾਇਰ ਕਰੀਏ ਕਿ ਆਓ ਪੰਜਾਬ ਇਜ਼ ਓਪਨ ਫਾਰ ਬਿਜ਼ਨਸ। NRIs ਨੂੰ ਕਹੀਏ, ਨੈਕਸਟ ਜਨਰੇਸ਼ਨ ਨੂੰ ਕਹੀਏ ਕਿ ਪੰਜਾਬ ਤੁਹਾਡੀ ਇਨਵੈਸਟਮੈਂਟ ਵੀ ਮੰਗਦਾ, ਪੰਜਾਬ ਤੁਹਾਡਾ ਸਕਿੱਲ ਨੌਲੇਜ ਸ਼ੇਅਰਿੰਗ ਵੀ ਮੰਗਦਾ, ਪੰਜਾਬ ਤੁਹਾਡਾ ਸਮਾਂ ਵੀ ਮੰਗਦਾ। ਹਾਂਜੀ, ਸੋ ਪੰਜਾਬ ਨੂੰ ਇਸ ਵੇਲੇ ਸਖਤ ਜ਼ਰੂਰਤ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਈਏ, ਇਨਵੈਸਟਮੈਂਟ ਲੈ ਕੇ ਆਈਏ, ਜੌਬਸ ਕ੍ਰੀਏਟ ਕਰੀਏ, ਤਾਂ ਕਿ ਸਾਡੀ ਜਿਹੜਾ ਯੂਥ ਜਾ ਰਿਹਾ ਉਹਨੂੰ ਠੱਲ ਪਵੇ। ਸੋ ਇਸ ਚੀਜ਼ ਤੇ ਆਪਾਂ ਇੱਕ ਰੀਸੈਂਟਲੀ ਇੱਕ ਕੋਲੈਬੋਰੇਸ਼ਨ ਕਰਵਾਇਆ ਮੈਂ, ਕੰਪਲੀਟ ਹੋ ਗਿਆ, UK ਦੀ ਕੰਪਨੀ UK ਸਕੂਲ ਆਫ ਕੋਡਿੰਗ ਤੇ ਪੰਜਾਬ ਦੀ ਠੀਕ ਕੰਪਨੀ ਹੈ IT ਕੰਪਨੀ ਸਭਾ ਕੁਆਡਸ। ਸੋ ਐਵੇਂ ਹੀ ਉਹ ਇੱਕ ਐਗਜ਼ਾਮਪਲ ਆ, ਠੀਕ ਹੈ ਪਾਇਲਟ ਕਹਿ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਹੋਰ ਬਹੁਤ ਸਾਰੇ ਕੰਪਨੀਜ਼ ਦੇ ਜਿਹੜੇ ਕੋਲੈਬੋਰੇਸ਼ਨ ਆ, ਪੰਜਾਬ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਉਹਨਾਂ ਨਾਲ ਕਲਾਮ ਕਰਾਵਾਂਗੇ, ਤੇ ਅਸੀਂ ਐਕਚੁਅਲੀ ਪੰਜਾਬ ਤੇ ਇੱਕ ਵੇਵ ਲਿਆਉਣੀ ਚਾਹੁੰਦੇ ਆ ਕਿ ਸਟਾਰਟਅਪ ਦੀ, ਐਂਟਰਪ੍ਰੀਨਰਸ਼ਿਪ ਦੀ, ਰਾਈਟ, ਜਿਹੜੇ ਰਿਕੁਆਇਰਡ ਸਕਿੱਲਸ ਆ, ਅਸੀਂ ਉਹਦੇ ਸੈਂਟਰ ਖੋਲੀਏ ਤੇ ਜੌਬਸ ਕ੍ਰੀਏਟ ਕਰਕੇ ਯੂਥ ਨੂੰ ਪੰਜਾਬ ਦੇ ਵਿੱਚ ਹੀ ਡੀਸੈਂਟ ਸੈਲਰੀ ਜੌਬਸ ਦਈਏ। ਜੇ ਪੰਜਾਬ ਦੇ ਵਿੱਚ ਹੀ ਲੱਖ ਲੱਖ 1.5 ਲੱਖ ਰੁਪਏ ਦੀ ਮੰਥਲੀ ਸੈਲਰੀਜ਼ ਹੋ ਜਾਣਗੀਆਂ ਅਰਸ਼ ਜੀ, ਫਿਰ ਸਾਡੇ ਯੂਥ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਏਗੀ। ਸੋ ਇਹਦੇ ਤੇ ਆਪਾਂ ਕੰਮ ਕਰ ਰਹੇ ਹਾਂ। ਸੈਕੰਡਲੀ ਹੈ ਕਿ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ, ਚਾਹੇ ਉਹ UK 'ਚ ਨੇ, ਚਾਹੇ ਕੈਨੇਡਾ, ਚਾਹੇ US ਜਾਂ ਆਸਟ੍ਰੇਲੀਆ 'ਚ ਨੇ, ਉਹ ਵੀ ਕੰਮ ਕਰਨਾ ਚਾਹੁੰਦੀਆਂ। ਜਿਵੇਂ ਸਾਡੀ ਇੰਡੋ ਬ੍ਰਿਟਿਸ਼ ਟ੍ਰੇਡ ਕਾਉਂਸਲ ਹੈ ਜੀ, ਉਹਨਾਂ ਦਾ ਮੈਂ ਇੱਕ ਡੈਲੀਗੇਸ਼ਨ ਲੈ ਕੇ ਆਇਆ ਸੀਗਾ, ਦੇ ਵਾਸ ਸੋ ਜੀ ਇੰਪ੍ਰੈਸਡ ਵਿਦ ਮਾਈ ਕਨੈਕਟਿਵਿਟੀ ਵਿਦ ਗਵਰਨਮੈਂਟ, ਤੇ ਉਹਨਾਂ ਨੇ ਮੈਨੂੰ ਐਕਚੁਅਲੀ ਦੇ ਹੈਵ ਅਪਾਇੰਟਡ ਮੀ ਐਜ਼ ਅ ਵਾਈਸ ਪ੍ਰੈਜ਼ੀਡੈਂਟ ਫਾਰ ਪੰਜਾਬ ਫਾਰ ਦਾ ਇੰਡੋ ਬ੍ਰਿਟਿਸ਼ ਟ੍ਰੇਡ ਕਾਉਂਸਲ, ਠੀਕ ਹੈ ਐਂਡ ਦੇ ਆਰ ਬ੍ਰਿੰਗਿੰਗ ਅ ਸੈਕੰਡ ਹਾਈ ਲੈਵਲ ਡੈਲੀਗੇਸ਼ਨ, ਜਿਹਦੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣਗੇ, ਪੋਲੀਟੀਸ਼ੀਅਨਸ ਹੋਣਗੇ, ਸਾਡੇ ਇੰਡਸਟਰੀਅਲ ਹੋਣਗੇ, ਜਿਹੜੇ ਸਾਡੇ ਏਸ਼ੀਅਨ ਇੰਜੀਨੀਅਰ ਟੌਪ ਬਿਜ਼ਨਸਮੈਨ ਆ। ਸੋ ਦੇ ਵਿਲ ਕਮ ਐਂਡ ਲੁੱਕ ਐਟ ਕਿ ਪੰਜਾਬ 'ਚ ਕਿਹੜੇ ਕਿਹੜੇ ਸੈਕਟਰ 'ਚ ਕੀ ਪੋਸਿਬਿਲਿਟੀ ਆ। ਸੋ ਵੀ ਵਿਲ ਹੈਵ ਦ ਕਾਊਂਟਰ ਪਾਰਟਸ ਰੈਡੀ, ਜਿੰਨੇ ਸਾਡੇ ਡਿਪਾਰਟਮੈਂਟ ਨੇ, ਅਸੀਂ ਉਹਨਾਂ ਦੀਆਂ ਮੀਟਿੰਗ ਰਿਕਵੈਸਟ ਪੰਜਾਬ ਦੀ ਕਰਾਵਾਂਗੇ, ਅਸੀਂ ਜਿਹੜੀ ਸਾਡਾ ਐਗਰੀਕਲਚਰ ਡਿਪਾਰਟਮੈਂਟ ਉਹਨਾਂ ਨਾਲ ਕਾਊਂਟਰ ਪਾਰਟ ਮੀਟਿੰਗਸ ਹੋਣਗੀਆਂ, ਸਾਡੀ ਰੀਨਿਊਏਬਲ ਐਨਰਜੀ ਦੇ ਵਿੱਚ ਅਸੀਂ ਮੀਟਿੰਗ ਕਰਾਵਾਂਗੇ, ਤਾਂ ਕਿ ਕਿਹੜੀਆਂ ਕੰਪਨੀਆਂ ਕੀ ਇਨਵੈਸਟ ਕਰ ਸਕਦੀਆਂ, ਨਾਲ ਹੀ ਅਸੀਂ ਹੋਰ ਵੀ ਪ੍ਰੋਜੈਕਟ ਜਿਹੜਾ ਜਿਹੜੇ ਲੈ ਕੇ ਆਵਾਂਗੇ ਪੰਜਾਬ 'ਚ। ਪੰਜਾਬ ਦੇ ਵਿੱਚ ਅਲਟੀਮੇਟਲੀ ਸਾਡਾ ਇੱਕੋ ਹੀ ਮਿਸ਼ਨ ਹੈ ਜੀ ਕਿ ਜੌਬ ਕ੍ਰੀਏਸ਼ਨ ਐਂਡ ਪ੍ਰੋਸਪੈਰਿਟੀ। ਸੋ ਤੁਸੀਂ ਦੱਸੋ ਵੀ ਤੁਸੀਂ ਮਤਲਬ ਕਿ ਤੁਹਾਡੀ ਕੀ ਸੋਚ ਆ ਇਹਦੇ, ਜਿਹੜੀ ਪੰਜਾਬ ਰੀਕਨੈਕਟ ਆ ਜਾਂ ਰਿਵਰਸ ਮਾਈਗ੍ਰੇਸ਼ਨ ਦੀ ਇੱਕ ਨਾਂ ਦਿੱਤਾ ਜਾ ਰਿਹਾ ਕਿ ਜਿੰਨੇ ਲੋਕ ਵਾਪਸ ਆ ਸਕਦੇ ਆ, ਆਪਾਂ ਕਹਿੰਦੇ ਲੋਕ ਆਉਣ, ਮੈਂ ਵੀ ਪੜ੍ਹਨ ਵਾਸਤੇ UK ਆਇਆ ਸੀ ਤੇ ਪੜ੍ਹ ਕੇ ਦੇਖੋ ਸੇਵਾ ਕਰ ਰਹੇ ਹਾਂ, ਹੁਣ 4 ਸਾਲ ਹੋ ਗਏ। ਸੋ ਜਿਹੜੇ ਸਾਡੇ NRI ਭਰਾ ਨੇ ਜਾਂ ਉਹਨਾਂ ਦੀ ਨੈਕਸਟ ਜਨਰੇਸ਼ਨ ਆ, ਉਹ ਪੜ੍ਹੇ ਲਿਖੇ ਨੇ, ਉਹ ਹਾਈਲੀ ਸਟੈਬਲਿਸ਼ ਨੇ, ਉਹ ਪੰਜਾਬ ਲਈ ਕੀ ਕਰ ਸਕਦੇ ਆ, ਤੇ ਮੈਂ ਇਸੇ ਚੀਜ਼ ਤੇ ਕੰਮ ਕਰਦਾ ਜੀ ਹਰਸ਼ੀ। ਅੱਛਾ, ਇੱਕ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਜਿਹੜਾ ਹੁਣ ਦੁਬਾਰਾ ਇਨਵੈਸਟ ਪੰਜਾਬ ਜਿਹੜਾ ਹੁੰਦਾ ਹੈ, ਉਹ ਜਿਹੜਾ ਸਮਿਟ ਹੁੰਦਾ ਉਹ ਦੁਬਾਰੇ ਹੁਣ ਹੋਊਗਾ, ਪਰ ਪਿਛਲੇ ਦੀ ਆਪਾਂ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਸੀ, ਜੋ ਸੁਪਨੇ ਲਏ ਗਏ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਆਪਾਂ ਕਰਾਂਗੇ, ਤੁਸੀਂ ਕੀ ਦੇਖਦੇ ਹੋ, ਅਚੀਵਮੈਂਟ ਉਹਦੀ ਕੀ ਦੇਖਦੇ ਹੋ, ਕਿੰਨਾ ਕੰਮ ਤੁਹਾਨੂੰ ਲੱਗਦਾ ਵੀ ਇਸ ਖੇਤਰ 'ਚ ਹੋਇਆ? ਹਰਸ਼ੀ, ਮੈਂ ਤਕਰੀਬਨ ਸਾਰੇ ਇਨਵੈਸਟ ਪੰਜਾਬ ਦੇ ਜਿੰਨੇ ਸਮਿਟ ਹੋਏ ਆ ਮੈਂ ਅਟੈਂਡ ਕੀਤੇ ਆ ਪਿਛਲੇ ਮਤਲਬ ਕਿ 4 ਸਾਲ ਦੇ ਵਿੱਚ, ਤੇ ਕੋਵਿਡ ਦੇ ਦੌਰਾਨ ਆਨਲਾਈਨ ਹੋਇਆ ਸੀ, ਉਸ ਤੋਂ ਬਾਅਦ ਫਿਜ਼ੀਕਲ ਜਿੰਨੇ ਵੀ ਹੈ। ਤੇ ਮੇਰਾ ਇਹ ਜਿਹੜਾ ਐਕਸਪੀਰੀਅੰਸ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਪਿਛਲਾ ਵੀ ਸਮਿਟ ਹੋਇਆ ਸਾਡਾ ਫੈਬਰੀ ਦੇ ਵਿੱਚ, ਉਸ ਤੋਂ ਬਾਅਦ ਟੂਰਿਜ਼ਮ ਦਾ ਵੀ ਹੋਇਆ, ਤੇ ਪੰਜਾਬ 'ਚ ਤਕਰੀਬਨ ਜਿਹੜੀਆਂ ਕੰਪਨੀਆਂ ਆਲਰੇਡੀ ਨੇ
ਉਹੀ ਸਕੇਲ ਅਪ ਕਰ ਰਹੀਆਂ, ਉਹੀ ਹੋਰ ਇਨਵੈਸਟ ਕਰ ਰਹੀਆਂ ਜਿਹੜੀਆਂ ਨਵੀਆਂ ਕੰਪਨੀਆਂ ਨੇ। ਇੰਟਰਨੈਸ਼ਨਲ ਬਹੁਤ ਘੱਟ ਨੇ, ਜਿਹੜੀਆਂ ਮਲਟੀਨੈਸ਼ਨਲ ਨੇ ਉਹਨਾਂ ਨੇ ਨਵੀਂ ਇਨਵੈਸਟਮੈਂਟ ਪੰਜਾਬ 'ਚ ਹਾਲੇ ਨਹੀਂ ਕੀਤੀ, ਪਰ ਪੰਜਾਬ 'ਚ ਵੈਸੇ ਇਨਵੈਸਟਮੈਂਟ ਕਾਫੀ ਹੋਈ ਆ। ਸੀਐਮ ਸਾਹਿਬ ਨੇ ਪਿੱਛੇ ਜੇ ਆਪਣਾ ਆਰਟੀਕਲ ਵੀ ਆਇਆ ਸੀਗਾ ਕਿ ਹਾਂ ਮੋਰ ਦੈਨ ਨੀਅਰਲੀ 60,000 ਕਰੋੜ ਦੀ ਜਿਹੜੀ ਇਨਵੈਸਟਮੈਂਟ ਪਲੈਨਡ ਆ। ਹਾਂਜੀ, ਹੈ ਨਾ। ਸੋ ਇਹ ਨਹੀਂ ਕਿ ਉਹ ਆ ਗਈ, ਪਰ ਆ ਰਹੀ ਆ ਇਨ ਦ ਮੀਨ ਟਾਈਮ। ਜਿਵੇਂ ਆਪਣੇ ਸੋਨਾਲੀਕਾ ਵਾਲੇ ਟਰੈਕਟਰਸ ਆ, ਸਾਡੇ ਜਿਵੇਂ ਏਅਰਟੈਲ ਆ, ਜਾਂ ਸਾਡੇ ਹੋਰ ਕਈ ਕੰਪਨੀਆਂ ਜਿਹੜੀਆਂ ਹੈਗੀਆਂ, ਇੰਡੀਆ ਦੀਆਂ ਕੰਪਨੀਆਂ ਹੈਗੀਆਂ, ਉਹ ਵੀ ਇਨਵੈਸਟ ਪੰਜਾਬ 'ਚ ਕਰ ਰਹੀਆਂ। ਪਰ ਸਾਨੂੰ ਲੋੜ ਕੀ ਹੈ, ਅਸੀਂ ਲੋੜ ਕੀ ਹੈ, ਜਿਹੜਾ ਸਾਡਾ ਐਨਆਰਆਈ ਹਿਡਨ ਖਜ਼ਾਨਾ, ਜਿਹੜੇ ਸਾਡੇ ਐਨਆਰਆਈ ਵੱਡੀ ਵੱਡੀਆਂ ਕੰਪਨੀਆਂ ਬਾਹਰ ਨੇ, ਜਿਹੜੇ ਸਾਡੇ ਹਾਈਲੀ ਸਕਸੈਸਫੁਲ ਬਿਜ਼ਨਸਮੈਨ ਨੇ, ਤੇ ਉਹ ਬਾਕੀ ਸਟੇਟਾਂ 'ਚ ਇਨਵੈਸਟ ਕਰ ਰਹੇ, ਪੰਜਾਬ 'ਚ ਕਿਉਂ ਨਹੀਂ ਕਰ ਰਹੇ? ਕਿਉਂਕਿ ਪੰਜਾਬ 'ਚ ਸਾਨੂੰ ਉਹਨਾਂ ਦੇ ਕੰਫੀਡੈਂਸ ਲਾਉਣਾ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ, ਐਡਮਿਨਿਸਟ੍ਰੇਸ਼ਨ ਦੀ ਦਿੱਕਤ ਨਹੀਂ, ਤੁਹਾਨੂੰ ਕੋਈ ਕਿਸੇ ਕਿਸਮ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਤਾਂ ਫਿਰ ਉਹ ਫੀਲ ਕਰਨਗੇ ਕਿ ਹਾਂ ਅਸੀਂ ਕਰ ਸਕਦੇ ਹਾਂ। ਸੋ ਮੈਂ ਨਹੀਂ ਕਹਿੰਦਾ ਕਿ ਆਪਣੀ ਜਲਦੀ ਹੀ, ਬਹੁਤ ਜਲਦੀ ਇਨਵੈਸਟਮੈਂਟ ਆ ਜਾਊਗੀ, ਇਟ ਵਿਲ ਟੇਕ ਟਾਈਮ, ਪਰ ਜੇ ਤੁਸੀਂ ਸਟਾਰਟ ਕਰੋਗੇ ਤਾਂ ਫਿਰ ਆ ਹੀ ਜਾਣੀ ਹੈ। ਹਾਂਜੀ, ਸੋ ਹੁਣ ਰਾਈਟ ਟਾਈਮ ਆ, ਕੋਵਿਡ ਤੋਂ ਬਾਅਦ ਟੂਰਿਜ਼ਮ ਦਾ ਵੀ ਬੜਾ ਵਧੀਆ ਸਕੋਪ ਆ ਜੀ। ਅਸੀਂ ਟੂਰਿਜ਼ਮ ਤੇ ਯੂਕੇ ਦੇ ਗਰੁੱਪਸ 50 ਗਰੁੱਪਸ, ਗਰੁੱਪ ਆਫ 50, ਗਰੁੱਪ ਆਫ 30, ਉਹਨਾਂ ਨੂੰ ਪੰਜਾਬ ਦਿਖਾਉਣ ਵਾਸਤੇ ਲੈ ਕੇ ਆ ਰਹੇ ਜੀ। ਹਸਟੀ ਕਿੱਡੀ ਵੱਡੀ ਗੱਲ ਆ, ਯੂਕੇ ਦੀ ਗਵਰਨਮੈਂਟ ਸਪਾਂਸਰ ਕਰਦੀ ਆ ਕਿ ਜਿਹੜੇ ਸਟੂਡੈਂਟ ਹੈ ਜਾ ਕੇ ਆਓ, ਤੁਸੀਂ ਯੂਰਪ ਜਾਓ, ਤੁਸੀਂ ਅਮਰੀਕਾ ਜਾਓ, ਤੁਸੀਂ ਇੰਡੀਆ ਜਾਓ। ਉਹ ਹੁੰਦਾ ਕਿ ਕਈ ਵਾਰੀ ਉਹ ਬੰਬੇ ਚਲ ਜਾਂਦੇ ਆ, ਸਪੇਨ ਚਲ ਜਾਂਦੇ, ਪੰਜਾਬ ਨਹੀਂ ਆਉਂਦੇ। ਸੋ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ, ਜਿਵੇਂ ਇੱਕ ਫੰਡ ਹੁੰਦਾ ਯੂਕੇ ਗਵਰਨਮੈਂਟ ਦਾ। ਸੋ ਉਹਦੇ ਨਾਲ ਮੈਂ ਗਰੁੱਪਸ ਲੈ ਕੇ ਆਵਾਂਗੇ, ਅਸੀਂ 30-30 ਦੇ ਪ੍ਰੋਬਬਲੀ 2 ਗਰੁੱਪਸ ਇਸ ਸਾਲ ਦੇ ਵਿੱਚ ਯੂਕੇ ਦੇ ਸਟੂਡੈਂਟ ਹੋਣਗੇ, ਹੋਰ ਹੋਰ ਨੈਸ਼ਨੈਲਿਟੀ ਹੋਣਗੀਆਂ, ਉਹ ਮਿਕਸ ਆ ਕੇ ਪੰਜਾਬ ਦੇਖਣਗੇ ਤੇ ਉਹ ਅਪੋਰਚੁਨਿਟੀ ਵੀ ਦੇਖਣਗੇ। ਸੋ ਨਾਲ ਦੀ ਨਾਲ ਜਿਹੜੇ ਹੈਗੇ ਆ, ਅਸੀਂ ਇਨਵੈਸਟਮੈਂਟ ਵਾਸਤੇ ਦੀਆਂ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ, ਉਹਨਾਂ ਨੂੰ ਲਿਆ ਕੇ ਤੇ ਡੈਲੀਗੇਸ਼ਨ, ਅਸੀਂ ਇੱਕ ਇਨਵਾਈਟ ਕੀਤਾ ਜੀ ਆਪਣੇ ਸੀਐਮ ਲੈਵਲ ਦਾ ਡੈਲੀਗੇਸ਼ਨ ਥਰੂ ਇੰਡੋ ਬ੍ਰਿਟਿਸ਼ ਸਟੇਟ ਕਾਉਂਸਲ ਕਿ ਤੁਸੀਂ ਆਓ, ਸੀਐਮ ਸਾਹਿਬ, ਮੈਮ ਅਨਮੋਲ ਗਗਨਮਾਨ ਜੀ, ਤੁਸੀਂ ਆਓ, ਯੂਕੇ ਆਓ। ਯੂਕੇ ਇੱਕ ਸਟ੍ਰੈਟੇਜਿਕ ਕੰਟਰੀ ਆ, ਤਾਂ ਆਪਾਂ ਨੂੰ ਪਤਾ ਕਿ ਪੰਜਾਬੀਆਂ ਦੀ ਚੌਥੀ ਜਨਰੇਸ਼ਨ ਆ ਹੁਣ। ਤੁਸੀਂ ਆਓ, ਲੰਡਨ ਆਓ, ਬਰਮਿੰਘਮ ਹਾਈ ਕਮਿਸ਼ਨ ਕਹਿ ਰਿਹਾ ਕਿ ਤੁਸੀਂ ਆਓ, ਤੁਸੀਂ ਮਿਲੋ ਸਾਡੇ ਭਾਈਚਾਰੇ ਨੂੰ, ਤੁਸੀਂ ਜਿਹੜੇ ਸਾਡਾ ਇੰਗਲਿਸ਼, ਸਾਡੇ ਬਿਜ਼ਨਸ ਹੈ, ਬੜੀਆਂ ਕੰਪਨੀਆਂ ਨੇ, ਅਸੀਂ ਤੁਹਾਨੂੰ ਬਣਾਵਾਂਗੇ। ਸੋ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ, ਤੁਸੀਂ ਡੈਲੀਗੇਸ਼ਨ ਲੈ ਕੇ ਆਓ, ਅਸੀਂ ਡੈਲੀਗੇਸ਼ਨ ਲੈ ਕੇ ਜਾ ਰਹੇ ਹਾਂ। ਦਿਸ ਇਜ਼ ਦ ਵੇ ਫਾਰਵਰਡ। ਸੋ ਇਨਵੈਸਟਮੈਂਟ ਤਾਂ ਗ੍ਰੈਜੂਅਲੀ ਇਸੇ ਤਰ੍ਹਾਂ ਆਉਣੀ, ਪਰ 2024 ਜਿਹੜਾ ਸਾਲ ਹੈ ਜੀ, ਇਹਦੇ ਵਿੱਚ ਕਾਫੀ ਵੱਡੇ ਵੱਡੇ ਪ੍ਰੋਜੈਕਟ ਲਾਈਨਡ ਅਪ ਨੇ, ਮੈਂ ਹਾਲੇ ਡਿਸਕਲੋਜ਼ ਨਹੀਂ ਕਰ ਸਕਦਾ, ਪਰ ਉਹ ਹੋਣਗੇ ਤਾਂ ਉਹਨਾਂ ਨਾਲ ਜੌਬਸ ਕ੍ਰੀਏਟ ਹੋਏਗੀ। ਅੱਛਾ, ਆਉਣ ਵਾਲੇ 5 ਜਾਂ 10 ਸਾਲ ਕਹਿ ਲਈਏ, 5-10 ਸਾਲਾਂ ਬਾਅਦ ਤੁਸੀਂ ਪੰਜਾਬ ਨੂੰ ਕਿੱਥੇ ਜੀ ਸਟੈਂਡ ਕਰਦਾ ਵੇਖਦੇ ਹੋ, ਗਲੋਬਲ ਕਨੈਕਟੀਵਿਟੀ ਵਾਲੇ ਪੱਖੋਂ, ਜਾਂ ਜਿਵੇਂ ਤੁਸੀਂ ਰਿਵਰਸ ਮਾਈਗ੍ਰੇਸ਼ਨ ਦਾ ਵੀ ਜ਼ਿਕਰ ਕੀਤਾ, ਉਹਦਾ ਵੀ ਕਿੰਨਾ ਕੁ ਪ੍ਰਭਾਵ ਹੋਊਗਾ, ਸੋ ਓਵਰਆਲ ਤੁਸੀਂ ਕਿਵੇਂ ਦੇਖਦੇ ਹੋ? ਮੈਂ ਦੇਖਦਾ ਜੀ, ਜੇ ਆਪਾਂ ਪਿਛਲੇ ਸਾਲ ਦੀ ਝਾਤ ਮਾਰੀਏ ਤਾਂ ਚਲੋ ਕੋਵਿਡ ਵੀ ਰਿਹਾ, ਪਰ ਜਿਹੜੇ ਆਉਣ ਵਾਲੇ 5 ਸਾਲ ਆ ਜੀ, ਉਹਦੇ ਵਿੱਚ ਬਹੁਤ ਜ਼ਿਆਦਾ ਅਪੋਰਚੁਨਿਟੀਜ਼ ਨੇ, ਕਿਉਂਕਿ ਇੱਕ ਤਾਂ ਵਰਲਡ ਇਜ਼ ਗਲੋਬਲ ਨਾਓ, ਜਿਵੇਂ ਯੂਕੇ ਦਾ ਤੇ ਇੰਡੀਆ ਦਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ, ਆਲਮੋਸਟ ਦੇਰ ਆ। ਉਹਦੇ ਨਾਲ ਕੀ ਹੋਣਾ ਕਿ ਯੂਕੇ ਇਜ਼ ਲੁਕਿੰਗ ਐਟ ਇੰਡੀਆ ਇਜ਼ ਅ ਬਿਗ ਮਾਰਕੀਟ, ਤੇ ਸਾਡਾ ਪੰਜਾਬ ਵੀ ਇੱਕ ਇੰਪੋਰਟੈਂਟ ਸਟੇਟ ਆ। ਸੋ ਪੰਜਾਬ ਲਈ ਵੀ ਬਹੁਤ ਅਪੋਰਚੁਨਿਟੀਜ਼ ਆ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਆਉਣ ਵਾਲਾ 5 ਸਾਲ ਦਾ ਸਮਾਂ ਹੋਊਗਾ ਨਾ, ਅਸੀਂ ਵੈਰੀ ਐਕਸਾਈਟਿੰਗ ਆ, ਲੋਟ ਆਫ ਅਪੋਰਚੁਨਿਟੀਜ਼, ਲੋਟ ਆਫ ਕਨੈਕਟਿਵਿਟੀ, ਲੋਟ ਆਫ ਬਾਇਲੈਟਰਲ ਟ੍ਰੇਡ ਬਿਟਵੀਨ ਯੂਕੇ ਐਂਡ ਇੰਡੀਆ, ਵੀ ਵਾਂਟ ਦੈਟ ਫਾਰ ਪੰਜਾਬ ਐਸ ਵੈਲ, ਪਰ ਜ਼ਿਆਦਾ ਸਾਡੇ ਹੋਰ ਕੰਟਰੀਜ਼ ਨਾਲ ਵੀ, ਇਕੱਲਾ ਯੂਕੇ ਨਹੀਂ, ਕੈਨੇਡਾ ਹੈ, ਕੈਨੇਡਾ 'ਚ ਭਾਈਚਾਰਾ, ਅਮਰੀਕਾ 'ਚ ਲਾਓ। ਮੈਂ ਤਾਂ ਕਹਿੰਦਾ ਕਿਹੜਾ ਕੰਟਰੀ ਆ ਅਸੀਂ ਜਿੱਥੇ ਆਪਣਾ ਪੰਜਾਬੀ ਭਾਈਚਾਰਾ ਜਾਂ ਜਿਹੜੇ ਕੋਲ ਨਹੀਂ ਬਿਲਕੁਲ ਹੈਗੇ ਪੋਟੈਂਸ਼ੀਅਲ ਕਿ ਪੰਜਾਬ ਨਾਲ ਬਹੁਤ ਕੁਝ ਕੀਤਾ ਜਾ ਸਕਦਾ, ਬਿਲਕੁਲ ਐਗਰੀਕਲਚਰ ਤੇ ਐਗਰੀ ਬਿਜ਼ਨਸ ਤੇ ਬਹੁਤ ਕੁਝ ਕੀਤਾ ਜਾ ਸਕਦਾ, ਇੰਪੋਰਟ ਐਕਸਪੋਰਟ ਤੇ ਫੋਕਸ ਸਾਡਾ ਚਾਹੀਦਾ, ਏਅਰ ਕਨੈਕਟਿਵਿਟੀ ਤੇ ਏਅਰਲਾਈਨ, ਸਾਡੀ ਪੰਜਾਬ ਦੇ ਵਿੱਚ ਮੋਹਾਲੀ ਵਾਲਾ ਏਅਰਪੋਰਟ, ਇੰਟਰਨੈਸ਼ਨਲ ਫਲਾਈਟ ਚਾਹੀਦੀਆਂ,
ਅੰਮ੍ਰਿਤਸਰ ਹੋਰ ਚਾਹੀਦੀਆਂ, ਲੁਧਿਆਣੇ ਵੀ ਬਣ ਰਿਹਾ, ਲੁਧਿਆਣਾ ਬਿਲਕੁਲ ਸਾਡਾ ਜੇ ਕਾਰਗੋ ਦਾ ਹੱਬ ਆ ਤੇ ਉਹ ਏਵੀਏਸ਼ਨ ਦਾ ਏਅਰ ਕਾਰਗੋ ਦਾ ਵੀ ਹੱਬ ਬਣ ਸਕਦਾ, ਇਸੇ ਤਰ੍ਹਾਂ ਅੰਮ੍ਰਿਤਸਰ ਚੰਡੀਗੜ੍ਹ। ਸੋ ਸਾਨੂੰ ਲੋੜ ਹੈਗੀ ਆ ਗਲੋਬਲ ਏਅਰ ਕਨੈਕਟੀਵਿਟੀ ਦੀ, ਗਲੋਬਲ ਕਨੈਕਟੀਵਿਟੀ ਦੀ, ਤੇ ਆਉਣ ਵਾਲਾ 5 ਸਾਲਾਂ 'ਚ ਪੰਜਾਬ ਬਹੁਤ ਤਰੱਕੀ ਕਰੂਗਾ, ਇੰਡੀਆ ਵੀ ਕਰੂਗਾ ਔਰ ਪੰਜਾਬ ਬਿਲਕੁਲ ਬਹੁਤ ਕਰੂਗਾ। ਜੀ, ਬਹੁਤ ਬਹੁਤ ਸ਼ੁਕਰੀਆ ਨਿੱਜਰ ਸਾਹਿਬ ਇਹ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ, ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਦੇ ਨਾਲ ਸੇਵਾ ਕਰ ਰਹੇ ਹੋ ਉੱਥੇ ਬਾਹਰ ਬੈਠੇ, ਤੇ ਪੰਜਾਬ ਸਰਕਾਰ ਦੇ ਜਿੰਨੇ ਵੀ ਪ੍ਰੋਗਰਾਮ ਆ ਉਹਦੇ ਨਾਲ ਬੜਾ ਤਨਦੇਹੀ ਨਾਲ ਜੁੜੇ ਹੋ, ਤੇ ਜੋ ਸੁਪਨੇ ਸਿਰਜੇ ਆ ਸਰਕਾਰ ਨੇ ਵੀ ਆ ਤੁਹਾਡੇ ਵਰਗੇ ਜਿਹੜੇ ਲੋਕ ਜੁੜੇ ਹੋਏ ਨੇ ਉਹ ਪੂਰੇ ਹੋਣ, ਤੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਖਾਸ ਤੌਰ ਤੇ ਜਿਹੜਾ ਯੰਗਸਟਰਸ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਫਾਇਦਾ ਹੋਵੇ ਤੇ ਓਪਰਚੁਨਿਟੀਜ਼ ਜਿਹੜੀਆਂ ਨੇ ਉਹ ਮੈਕਸੀਮਮ ਮਿਲ। ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਸਾਡੇ ਨਾਲ ਜੁੜਨ ਦੇ। ਬਿਲਕੁਲ ਹਰਸ਼ ਜੀ, ਮੈਂ ਚਾਹੁੰਦਾ NRI ਮਿਲਣੀ ਹੋ ਰਹੀਆਂ ਨੇ ਫਰਵਰੀ ਦੇ ਵਿੱਚ, ਤੁਸੀਂ ਲਾਸਟ ਵੀ ਆਪਾਂ ਇਕੱਠੇ ਹੋਏ ਸੀ, ਆਪਾਂ ਇੰਟਰਵਿਊ ਵੀ ਕੀਤਾ ਬਿਲਕੁਲ ਸੀਗਾ, ਉਹ ਵੀ ਬਿਲਕੁਲ ਹੋ ਜੀ, ਰਹੀਆਂ ਨੇ NRI ਸਭਾ ਦੀ ਵੀ ਇਲੈਕਸ਼ਨ ਹੋ ਰਹੀ ਆ ਤੇ ਉਹ ਵੀ ਪ੍ਰਧਾਨ ਬਣ ਜਾਏਗਾ, ਤੇ NRI ਦੀ ਕਨੈਕਟਿਵਿਟੀ ਹੋਰ ਵੀ ਵਧ ਜਾਏਗੀ। ਸੋ ਇਸ ਕਰਕੇ ਆਉਣ ਵਾਲਾ ਸਮਾਂ ਸੁਨਹਿਰਾ ਭਵਿੱਖ ਹੈ ਜੀ ਪੰਜਾਬ ਦਾ, ਤੇ ਜੀ ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਹਮੇਸ਼ਾ ਹੀ ਬਹੁਤ ਸਾਥ ਦਿੰਦੇ ਹੋ। ਬਲਜੀਤ ਬੱਲੀ ਜੀ ਉਹ ਹਮੇਸ਼ਾ ਹੀ ਬਹੁਤ ਜ਼ਿਆਦਾ ਮੈਨੂੰ ਸਾਥ ਦਿੰਦੇ ਨੇ, ਪ੍ਰਮੋਟ ਵੀ ਕਰਦੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।